खबर पंजाब के भवानीगढ़ से जहां भवानीगढ़ पटियाला रोड स्थित गांव निदामपुर में नहर किनारे तीन जगहों पर भारी संख्या में इस्तेमाल की गई पीपीए किट मिलने से हरकम का माहौल बन गया और आनंद फानन में इसकी सूचना पुलिस और पोल्यूशन बोर्ड को दी गई जिसके बाद अधिकारी मौके पर पहुंचे और पूरे रास्ते को बंद कर दिया गया और लोगों को वहाँ नहीं आने की चेतावनी दी गयी जगह अपने ਪ੍ਰੋਜੈਕਸ਼ਨ ਬੋਰਡ ਵਾਲੇ ਆ ਗਏ ਤੇ ਅਸੀਂ ਆਪਣਾ ਨਾਕਾ ਲਾ ਰੱਖਿਆ ਰਸਤੇ 'ਚ ਜੇ ਆਉਂਦੇ ਜਾਂਦੇ ਨੂੰ ਸੂਚਿਤ ਕੀਤਾ ਜਾਂਦਾ ਵੀ ਇਹ ਤਾਂ ਖਤਰਾ ਇਹ ਇਧਰ ਦੇ ਨਾਲ ਲੰਘੋ ਇਧਰ ਦੇ ਨਾਲ ਲੰਘੋ ਕਾਫੀ ਵੱਡੀ ਮਾਤਰਾ 'ਚ ਨੇ ਕਾਫੀ ਵੱਡੀ ਮਾਤਰਾ 'ਚ ਨੇ ਗੱਡੀਆਂ ਦਾ ਪ੍ਰਬੰਧ ਹੋ ਰਿਹਾ ਫਿਲਹਾਲ ਇੱਕ ਗੱਡੀ ਆ ਗ ਚੁੱਕੀ ਹੈ ਇਸੇ ਦੌਰਾਨ ਪੋਲੂਸ਼ਨ ਬੋਰਡ ਦੇ ਅਧਿਕਾਰੀ ਨੇ ਲੋਕੋ ਸੇ ਅਪੀਲ ਕੀਤੀ ਕਿ ਲੋਕ ਇਸ ਰਸਤੇ ਪਰ ਨਾ ਆਏ ਔਰ ਕੀ ਕੁਛ ਕਹਾ ਪੋਲੂਸ਼ਨ ਬੋਰਡ ਦੇ ਅਧਿਕਾਰੀ ਨੇ ਸੁਣਾਤੇ ਹੈ ਆਪਕੋ ਪੂਰੇ ਸਮਨ ਤਿੰਨ ਕਿਟਾਂ ਦੇ ਢੇਰ ਮਿਲਨੇ ਜਿਹੜੀ ਆਪਣੀ ਇਹ ਨਦਾਂਪੁਰ ਰੋਡ ਹੈਗੀ ਹੈ ਇੱਕ ਜੀਪ ਕਿਟ ਢੇਰ ਦੇ ਆਪਾਂ ਕੋਲ ਖੜੇ ਆ ਤੇ ਦੂਸਰੇ ਇਸ ਤੋਂ ਥੋੜਾ ਜਦੋਂ ਆਪਾਂ ਅੱਗੇ ਟੁਵਾਰਡਸ ਭਵਾਨੇਗਾ ਰੋਡ ਜਾਣੇ ਆ ਤਾਂ ਦੋ ਤੇਰ ਰਸਤੇ ਕਿ ਮਲੇ ਨੇ ਆਪਾਂ ਇਹ ਦੇਖੋ ਜਿਹੜੀਆਂ ਯੂਜ਼ਡ ਵੇਪੇ ਕਿਟਸ ਨੇ ਇਹਨਾਂ ਚ ਦੇਖੋ ਥੋੜਾ ਖਤਰਾ ਤਾਂ ਹੈ ਹੀ ਹੈ ਕਿ ਵੀ ਜੇ ਕਾਲ ਇਹਨਾਂ ਨੂੰ ਕੋਈ ਹੱਥ ਲਾਉਂਦਾ ਹੈ ਜਾਂ ਕੋਈ ਜਾਨਵਰ ਕਿਤੇ ਆ ਜਾਂਦੇ ਨੇ ਉਹ ਇਹਨਾਂ ਨੂੰ ਹੱਥ ਲਾਉਂਦੇ ਨੇ ਉਹਦੇ ਵਿੱਚ ਪ੍ਰੋਬਲਮ ਆਉਣ ਦੇ ਚਾਂਸਸ ਨੇ ਕਿ ਵੀ ਕਿਸੇ ਨੂੰ ਕੱਲ ਕਰੋਨਾ ਦੀ ਕੋਈ ਪ੍ਰੋਬਲਮ ਆ ਜਾਂ ਕੁਝ ਹੋਰ ਆ ਜਾਵੇ ਤਾਂ ਉਹਦੀ ਦਿੱਕਤਾਂ ਕੀ ਹੈ ਅਸੀਂ ਲੋਕਾਂ ਨੂੰ ਹੀ ਅਪੀਲ ਕਰਾਂਗੇ ਜੇ ਕੋਈ ਲੰਘਦਾ ਵੜਦਾ ਉਰੋਂ ਦੇਖਦਾ ਇਹਨਾਂ ਕਿਟਾਂ ਵੇਸਦਾ ਸੀ ਵਿਦਿਨ 1 ਔਰ 2 ਆਵਰਸ ਨੂੰ ਡਿਸਪੋਜ਼ ਆਫ ਕਰਵਾ ਦਾਂਗੇ ਵੀਰੋਂ ਪਰ ਜਿਹੜਾ ਇੱਕ ਦੋ ਘੰਟੇ ਹੈਗੇ ਨੇ ਤਾਂ ਜੇ ਵੀ ਕੋਈ ਆਰਐਨਪੋਲ रोके देख लग जाने तो उन्होंने किसी नोकन मना कर रहे इस तरह से आखिर किसने इन पीपीई किट को फेंका है जरा सोचिए अगर कोई कोरोना नेगेटिव इन किट के संपर्क में आता तो वो भी संक्रमित हो सकता था